ਕਣਕ ਦਾ ਸੀਜ਼ਨ ਚੱਲ ਰਿਹਾ, ਮੰਡੀਆਂ 'ਚ ਕਣਕ ਆ ਰਹੀ ਆ। ਪਾਰਟੀ ਦੇ ਵਰਕਰਾਂ ਔਰ ਲੀਡਰਾਂ ਨੂੰ ਵੀ ਡਿਮਾਂਡ ਸੀ ਕਿ ਮੰਡੀਆਂ 'ਚ ਇੱਕ ਵਾਰੀ ਆ ਜਾਓ। ਉੱਥੇ ਕਿਸਾਨ ਵੀ ਨੇ, ਉੱਥੇ ਆੜ੍ਹਤੀਏ ਵੀ ਨੇ, ਬਹੁਤ ਸਾਰੇ ਲੋਕ ਹੈਗੇ ਆ। ਕਿਸੇ ਵੀ ਪਾਰਟੀ ਦਾ ਕੋਈ ਸਟੇਟਸ ਨਹੀਂ ਹੈ। ਹੁਣ ਤੁਸੀਂ ਜਲੰਧਰ ਦੇਖੋ, ਤਿੰਨੇ ਕਾਂਗਰਸੀ ਲੜ ਰਹੇ ਨੇ, ਹੁਣ ਉੱਥੇ ਕਾਂਗਰਸ ਦਾ ਵਰਕਰ ਕਰੂਗਾ ਕੀ? ਇਹ ਵਿਜ਼ਿਟ ਤਾਂ ਭਾਈ ਸਾਹਿਬ ਇਸ ਕਰਕੇ ਕਰੀ ਗਈ ਹੈ ਕਿ ਦੇਖੋ ਕਣਕ ਦਾ ਸੀਜ਼ਨ ਚੱਲ ਰਿਹਾ, ਮੰਡੀਆਂ 'ਚ ਕਣਕ ਆ ਰਹੀ ਆ, ਉੱਥੇ ਕਿਸਾਨ ਵੀ ਨੇ, ਉੱਥੇ ਆੜ੍ਹਤੀਏ ਵੀ ਨੇ, ਬਹੁਤ ਸਾਰੇ ਲੋਕ ਹੈਗੇ ਆ। ਅਤੇ ਇਹ ਸੋਚਿਆ ਸੀ ਔਰ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਨੂੰ ਵੀ ਡਿਮਾਂਡ ਸੀ ਕਿ ਮੰਡੀਆਂ 'ਚ ਇੱਕ ਵਾਰੀ ਆ ਜਾਓ। ਹਾਂਜੀ। ਅਤੇ ਇਸ ਕਰਕੇ ਪਹਿਲਾਂ ਸਵੇਰੇ ਅਮਲੋਹ ਮੰਡੀ 'ਚ ਗਏ ਸੀ, ਹੁਣ ਮੰਡੀ ਗੋਬਿੰਦਗੜ੍ਹ 'ਚ ਆਏ ਹਾਂ। ਇੱਥੇ ਫਿਰ ਸਾਰੇ ਵਰਕਰਾਂ ਨਾਲ, ਲੀਡਰਾਂ ਨਾਲ ਔਰ ਆੜ੍ਹਤੀਆਂ ਨਾਲ ਮੀਟਿੰਗ ਹੋਈ, ਵਿਸਤਾਰ ਨਾਲ ਮੀਟਿੰਗ ਹੋਈ। ਉਹਨਾਂ ਨੇ ਮੈਨੂੰ ਆਪਣੇ ਇਸ਼ੂ ਦੱਸੇ, ਮੈਂ ਉਹਨਾਂ ਨੂੰ ਆਪਣੀ ਗੱਲ ਕਹੀ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਸਫਲ ਬਣਾਓ। ਡਾਕਟਰ ਮੋਦੀ ਸਾਹਿਬ ਦੀਆਂ ਨੀਤਾਂ ਤਾਂ ਜਿਹੜੇ ਇਸ ਮੁਲਕ 'ਚ ਸਭ ਤੋਂ ਜ਼ਿਆਦਾ ਅਮੀਰ ਲੋਕ ਨੇ ਉਹਨਾਂ ਲਈ ਨੇ, ਉਹ ਆਮ ਆਦਮੀ ਲਈ ਕੰਮ ਨਹੀਂ ਕਰਦੇ। ਆਮ ਆਦਮੀ ਨੂੰ ਤਾਂ ਗੱਲਾਂ 'ਚ ਨਿਪਟਾਉਂਦੇ ਆ। ਜਿਹੜੇ ਦਲ ਬਦਲਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਮੈਨੂੰ ਅਫਸੋਸ ਹੁੰਦਾ ਹੈ ਇਹ ਦੇਖਦੇ ਹੋਏ, ਕਿਉਂਕਿ ਸਾਡੇ ਰਾਜਨੀਤਿਕ ਅਦਾਰੇ 'ਚ ਦੇ ਤਹਿਤ ਲੋਕਾਂ ਦਾ ਵਿਸ਼ਵਾਸ ਉੱਠਦਾ ਹੈ ਔਰ ਕਿਤੇ ਨਾ ਕਿਤੇ ਜਿਹੜੇ ਲੋਕ ਲੀਡਰ ਬਣਾਉਂਦੇ, ਜਿਹੜੇ ਲੀਡਰ ਚੁਣਦੇ ਹਨਗੇ, ਵੋਟਾਂ ਪਾਉਂਦੇ ਹਨਗੇ, ਉਹ ਲੀਡਰ ਸੱਤਾ ਹਾਸਿਲ ਕਰਨ ਲਈ ਬਿਨਾਂ ਉਹਨਾਂ ਵਰਕਰਾਂ ਤੋਂ, ਬਿਨਾਂ ਲੋਕਾਂ ਤੋਂ ਪੁੱਛੇ ਟਪੂਸੀਆਂ ਮਾਰ ਕੇ ਸੱਤਾ ਹਾਸਿਲ ਕਰਨ ਲਈ ਕਈ ਥਾਂ 'ਤੇ ਚੱਲ ਜਾਂਦੇ ਹੈ। ਔਰ ਮੈਂ ਸਮਝਦਾ ਇਸ ਦੇ ਤਹਿਤ ਸਾਡੇ ਸਿਆਸਤ ਅਧਾਰੇ ਨੂੰ ਵੀ ਠੇਸ ਪਹੁੰਚਦੀ ਹੈ। ਕਿਤੇ ਨਾ ਕਿਤੇ ਏਕਤੀ ਮੈਨੂੰ ਮਹਿਸੂਸ ਹੋ ਰਿਹਾ। ਮੈਂ ਤੁਹਾਡੇ ਮਾਧਿਅਮ ਜ਼ਰੀਏ ਬੇਨਤੀ ਵੀ ਕਰੂੰਗਾ ਸਾਰੇ ਪੰਜਾਬ ਦੇ ਵਾਸੀਆਂ ਨੂੰ ਕਿ ਵਿਸ਼ੇਸ਼ ਤੌਰ 'ਤੇ ਜ਼ਿਆਦਾ ਇਹ ਮਜ਼ਾਕ ਪੰਜਾਬ 'ਚ ਬਣੇ, ਉਹਨਾਂ ਲੋਕਾਂ ਨੂੰ ਅਹਿਸਾਸ ਜ਼ਰੂਰ ਕਰਾਇਓ ਜਿਨ੍ਹਾਂ ਨੇ ਆਪਣੇ ਇਕੱਲੇ ਸੱਤਾ ਹਾਸਲ ਕਰਨ ਲਈ ਕਈ ਪਾਰਟੀਆਂ ਤਬਦੀਲ ਕੀਤੀਆਂ ਹਨ। ਉਹਨਾਂ ਨੂੰ ਮਹਿਸੂਸ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਲੀਡਰ ਬਣਾਉਣ ਵਾਲੀ ਲੋਕ ਹੁੰਦੇ ਆ ਸੰਗਤ। ਦੇਖੋ ਜੀ, ਇਹਨਾਂ ਨੂੰ ਕਹਿਣਾ ਅਸੀਂ ਕੀ ਚਾਹੁੰਦੇ ਆ ਜੀ, ਜਿਹੜਾ ਸਾਡਾ ਵਰਕਰ ਆ ਜੀ, ਅਸੀਂ ਐਂ ਰੁੜ ਜਾਂਦੇ ਹਾਂ ਜਿਵੇਂ ਮਾਂ ਦੇ ਬਿਨਾਂ ਬੱਚੇ ਰੁੜ ਜਾਂਦੇ ਨੇ। ਅਸੀਂ ਦੱਸੋ ਜਾਈਏ ਤਾਂ ਕਿੱਧਰ ਜਾਈਏ? ਕਿਸੇ ਵੀ ਪਾਰਟੀ ਦਾ ਕੋਈ ਸਟੇਟਸ ਨਹੀਂ ਹੈ ਜੀ। ਹੁਣ ਤੁਸੀਂ ਜਲੰਧਰ ਦੇਖੋ, ਤਿੰਨੇ ਕਾਂਗਰਸੀ ਲੜ ਰਹੇ ਨੇ, ਹੁਣ ਉੱਥੇ ਕਾਂਗਰਸ ਦਾ ਵਰਕਰ ਕਰੂਗਾ ਕੀ? ਉੱਥੇ ਜਿਹੜੇ ਕੱਲ੍ਹ ਰੂਲਿੰਗ ਪਾਰਟੀ ਨੂੰ ਗਾਲਾਂ ਕੱਢਦੇ ਸੀ, ਅੱਜ ਉਹ ਰੂਲਿੰਗ ਪਾਰਟੀ ਨਾਲ ਖਿਲਾਫ ਰੂਲਿੰਗ ਪਾਰਟੀ ਨੂੰ ਕੱਲ੍ਹ ਗਾਲਾਂ ਕੱਢਦੇ ਸੀਗੇ ਜਿਹੜੇ ਵੀ ਇਸ ਤਰ੍ਹਾਂ ਨਹੀਂ ਕੀਤਾ, ਉਹ ਅੱਜ ਰੂਲਿੰਗ ਪਾਰਟੀ ਸਾਡੀ ਵਿੱਚ ਵੀ ਕਈ ਆਏ ਨੇ। ਇਹ ਮੁੱਦਾ ਇੱਕ ਦਾ ਨਹੀਂ ਹੈ, ਇਹ ਮੁੱਦਾ ਆਲ ਓਵਰ ਸਾਰੀਆਂ ਪਾਰਟੀਆਂ ਦਾ ਹੀ ਹੈ। ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਪਾਰਟੀ ਆ, ਉਹਨੂੰ ਜਿਹੜੇ ਵਰਕਰ ਆ, ਆਪਣੇ ਵਰਕਰ ਬਾਰੇ ਸੋਚਣਾ ਚਾਹੀਦਾ। ਇਹ ਨਹੀਂ ਹੈ ਵੀ ਅੱਜ ਇੱਧਰੋਂ ਆ ਕੇ ਉਹਨੂੰ ਪਾਰਟੀ ਦੀ, ਇਹ ਕਿਹੜਾ ਬੱਸ ਆ? ਕੋਈ ਬੱਸ ਤਾਂ ਹੈ ਨਹੀਂ ਜਿਹਦੀ ਟਿਕਟ ਲਈ ਅਸੀਂ ਬਹਿ ਗਏ। ਤੁਸੀਂ ਇਹ ਕੀ ਹਾਲ ਆਪਣੇ ਪਾਰਟੀ ਨੂੰ ਰੱਖਿਆ ਜੀ? ਮੈਂ ਹੁਣ ਵੀ ਤੁਹਾਡੇ ਮੀਡੀਆ ਨੂੰ ਰੱਖ ਰਿਹਾ। ਨਹੀਂ, ਪਰਸਨਲੀ ਤੌਰ 'ਤੇ? ਪਰਸਨਲੀ ਤੌਰ 'ਤੇ ਮੈਂ ਰੱਖੇ ਨੇ ਜੀ। ਹਾਂਜੀ, ਕੀ ਜਵਾਬ ਮਿਲਿਆ ਜੀ? ਹਾਂਜੀ, ਕੋਈ ਜਵਾਬ ਨਹੀਂ ਮਿਲਿਆ ਜੀ। ਹਾਂਜੀ, ਇਹ ਇੱਕ ਨਹੀਂ, ਇਹ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ 'ਤੇ ਵੀਰੇ ਸੋਚਣਾ ਚਾਹੀਦਾ। ਜੇ ਇਹਨਾਂ ਨੂੰ ਸੋਚਿਆ ਤਾਂ ਸਾਡੀ ਪਬਲਿਕ ਸੋਚੂਗੀ।